ਛੋਟੀਆਂ ਜਿੰਦਾਂ ਵੱਡੇ ਸਾਕੇ ਛੋਟੇ ਸਾਹਿਬਜ਼ਾਦਿਆਂ ਦੀ ਅੱਜ ਜਿਹੜੀ ਸ਼ਹਾਦਤ ਦਾ ਦਿਹਾੜਾ ਪੂਰੇ ਦੁਨੀਆ ਦੇ ਅੰਦਰ ਮਨਾਇਆ ਜਾ ਰਿਹਾ ਹੈ ਕਿਉਂਕਿ ਆਪਣੇ ਆਪ ਅੰਦਰ ਇੱਕ ਲਾਸਾਨੀ ਸ਼ਹਾਦਤ ਆ ਜਦੋਂ ਇੰਨੀ ਛੋਟੀ ਉਮਰ ਦੇ ਅੰਦਰ ਹਰ ਤਰੀਕੇ ਦੇ ਲਾਲਚ ਦਿੱਤੇ ਗਏ ਹੋਣ ਹਰ ਤਰੀਕੇ ਨਾਲ ਡਰਾ ਦਬਾ ਕੀਤਾ ਗਿਆ ਹੋਵੇ ਪਰ ਫਿਰ ਵੀ ਅੱਜ ਇੰਨੇ ਛੋਟੇ ਬੱਚਿਆਂ ਨੂੰ ਅਗਰ ਆਪਾਂ ਕੋਈ ਸਵਾਲ ਪੁੱਛ ਲਈ ਸ਼ਾਇਦ ਸਵਾਲ ਦਾ ਜਵਾਬ ਦੇ ਸਕਣ ਔਰ ਛੋਟੇ ਸਾਹਿਬਜ਼ਾਦਿਆਂ ਨੇ ਕੋਈ ਵੀ ਈਨ ਨਾ ਮੰਨਦੇ ਹੋਏ ਕਿਸੇ ਵੀ ਸੂਰਤ ਅੰਦਰ ਨਾ ਦੱਬਦੇ ਹੋਏ ਪਰ ਇਸ ਸ਼ਹਾਦਤ ਨੂੰ ਦੇਣਾ ਪਸੰਦ ਕੀਤਾ ਮੈਂ ਸਮਝਦਾ ਅੱਜ ਦੁਨੀਆ ਦੇ ਅੰਦਰ ਇਸ ਸ਼ਹਾਦਤ ਨੂੰ ਪਹੁੰਚਾਉਣਾ ਬਹੁਤ ਜ਼ਰੂਰੀ ਆ ਹਰ ਘਰ ਦੇ ਸਾਡੇ ਬੱਚੇ ਨੂੰ ਇਹ ਪਤਾ ਹੋਣਾ ਜ਼ਰੂਰੀ ਆ ਹਰ ਸਾਡੇ ਹਿੰਦੁਸਤਾਨ ਦੇ ਅੰਦਰ ਦੁਨੀਆ ਦੇ ਅੰਦਰ ਹਰ ਇਨਸਾਨ ਨੂੰ ਇਹ ਪਤਾ ਹੋਣਾ ਜ਼ਰੂਰੀ ਆ ਕਿ ਨਾ ਕੇਵਲ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਇਹ ਛੋਟੇ ਸਾਹਿਬਜ਼ਾਦੇ ਸ਼ਹਾਦਤ ਦੁਨੀਆ ਦੀ ਸਭ ਤੋਂ ਵੱਡੀ ਸ਼ਹਾਦਤ ਆ ਜਦੋਂ ਇੱਡੀ ਛੋਟੀ ਉਮਰ ਦੇ ਅੰਦਰ ਇੰਨੀ ਵੱਡੀ ਸ਼ਹਾਦਤ ਦੇ ਕੇ ਔਰ ਅੱਜ ਇਸ ਕਾਇਨਾਤ ਨੂੰ ਕਾਇਮ ਕੀਤਾ ਹੈ ਮੈਂ ਅਸੀਂ ਸਾਰੇ ਛੱਤ ਛੱਤ ਪ੍ਰਣਾਮ ਕਰਦੇ ਹਾਂ ਨਮਨ ਕਰਦੇ ਹਾਂ ਇਹਨਾਂ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਇਹਨਾਂ ਦੀ ਸ਼ਹਾਦਤ ਦੇ ਅੱਗੇ ਦੁਨੀਆ ਅੰਦਰ ਲਾਸਾਨੀ ਸ਼ਹਾਦਤ ਹੈ।